कोरोना वायरस ਦਾ ਮੁੱਦਾ ਲਗਾਤਾਰ ਪੰਜਾਬ ਦੇ ਵਿੱਚ ਗਰਮਾ ਰਿਹਾ ਹੈ ਪੰਜਾਬ ਦੇ ਵਿੱਚ 14 ਜੋ ਮਾਮਲੇ ਐ ਪੋਜ਼ੀਟਿਵ ਆ ਚੁੱਕੇ ਨੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਚਾਰੇ ਪਾਸੇ ਅਲਰਟ ਹੋ ਚੁੱਕਾ ਹੈ ਜੇ ਗੱਲ ਕਰੀਏ ਹਿੰਦੁਸਤਾਨ ਦੀ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਆ ਕਰੋਨਾ ਵਾਇਰਸ ਦੇ ਕਰਕੇ ਬੰਦ ਦਾ ਐਲਾਨ ਕੀਤਾ ਹੋਇਆ ਹੈ ਛੋਟੇ ਸ਼ਹਿਰਾਂ ਦੇ ਵਿੱਚ ਅਸੀਂ ਗੱਲ ਕਰੀ ਤਾਂ ਜ਼ਿਲ੍ਹਾ ਰੋਪੜ ਦੀ ਰੋਪੜ ਦੇ ਵਿੱਚ ਸ਼ਹਿਰ ਨੰਗਲ ਜਿੱਥੇ ਛੋਟਾ ਸ਼ਹਿਰ ਹੋਣ ਦੇ ਬਾਵਜੂਦ ਲੋਕ ਸਮਰਥਨ ਕਰ ਰਹੇ ਨੇ ਪਿੰਡਾਂ ਦੇ ਲੋਕ ਹੈ ਉਹ ਵੀ ਇਸ ਬੰਦ ਦਾ ਸਮਰਥਨ ਕਰ ਰਹੇ ਨੇ ਸ਼ਹਿਰਾਂ ਦੇ ਲੋਕ ਵੀ ਸਮਰਥਨ ਕਰ ਰਹੇ ਨੇ ਤੇ ਸਭ ਤੋਂ ਜ਼ਿਆਦਾ ਜੋ ਵੱਡਾ ਰੋਲ ਹੈ ਸਿਹਤ ਵਿਭਾਗ ਦੀ ਟੀਮਾਂ ਤੇ ਨਾਲ ਹੀ ਪੁਲਿਸ ਵਿਭਾਗ ਨਿਭਾ ਰਿਹਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਦਈਏ ਕਿ ਪੁਲਿਸ ਵਿਭਾਗ ਕਿਸ ਪ੍ਰਕਾਰ ਸਵੇਰ ਤੋਂ ਮੁਸਤੈਦ ਹੈ ਤੇ ਸਵੇਰੇ 6 ਵਜੇ ਤੋਂ ਲੈ ਕੇ ਹੁਣ ਤੱਕ ਪੁਲਿਸ ਵਿਭਾਗ ਖੜਾ ਹੈ ਤੇ ਆਣ ਜਾਣ ਵਾਲੇ ਸਾਰੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਫਿਲਹਾਲ ਜੇ ਅਸੀਂ ਗੱਲ ਕਰੀਏ ਤਾਂ ਆਂਦਕ ਜਾਣਦਕ ਬਹੁਤ ਘੱਟ ਹੈ ਲੋਕ ਘਰੋਂ ਘੱਟ ਨਿਕਲ ਰਹੇ ਨੇ ਪੁਲਿਸ ਦਾ ਸਮਰਥਨ ਕਰ ਰਹੇ ਨੇ ਪਰ ਫਿਰ ਵੀ ਜੋ ਅਮਰਜੈਂਸੀ ਹੈ ਜਿਵੇਂ ਐਂਬੂਲੈਂਸ ਹੈ ਜਾਂ ਕਿਸੇ ਨੇ ਕਿਤੇ ਅਮਰਜੈਂਸੀ ਜਾਣਾ ਹੋਵੇ ਉਹਨਾਂ ਨੂੰ ਅਲਾਉ ਕੀਤਾ ਜਾ ਰਿਹਾ ਹੈ ਅਸੀਂ ਗੱਲ ਕਰਾਂਗੇ ਸਾਡੇ ਨਾਲ ਇੰਚਾਰਜ ਧੰਨੋਦੇਵੀ ਜੀ ਜੇ ਅਸੀਂ ਜਾਣਾਂਗੇ ਤੋਨੋ ਕਿਸ ਪ੍ਰਕਾਰ ਦੇ ਨਿਰਦੇਸ਼ ਮਿਲੇ ਨੇ ਉਰੇ ਖਟਨ ਦੇ ਕਰੋਨਾ ਵਾਇਰਸ ਬਾਰੇ ਸਾਨੂੰ ਦੱਸਿਆ ਗਿਆ ਉਹਦੀ ਖਰਾਬ ਪ੍ਰੋਸੇ ਨਾਕਾ ਲਾਇਆ ਹੈ ਸਵੇਰ ਦੀ ਅਸੀਂ 6 ਵਜੇ ਦੇ ਖੜੇ ਤੇ ਲੋਕ ਸਾਨੂੰ ਪੂਰਾ ਸਹਿਯੋਗ ਦੇ ਰਹੇ ਆ ਆਪਣੇ ਆਪਣੇ ਘਰਾਂ ਚ ਬੈਠੇ ਤੇ ਜੇ ਕੋਈ ਅਮਰਜੈਂਸੀ ਐਂਬੂਲੈਂਸ ਆਂਦੀ ਹੈ ਜਾਂ ਕੋਈ ਮਰੀਜ਼ ਜਾਂਦਾ ਉਹਨਾਂ ਨੂੰ ਅਸੀਂ ਅਲਾਉ ਕਰ ਦਿੰਦੇ ਜਾਣ ਵਾਸਤੇ ਹਸਪਤਾਲ ਤੇ ਬਾਕੀ ਸਹਿਯੋਗ ਸਾਨੂੰ ਪੂਰੇ ਲੋਕ ਪੂਰਨ ਰੂਪ ਤੇ ਸਹਿਯੋਗ ਦੇ ਰਹੇ ਆ ਤੁਹਾਨੂੰ ਪੂਰਾ ਸਹਿਯੋਗ ਦੇ ਰਹੇ ਜੀ ਸਾਨੂੰ ਤੇ ਤੁਸੀਂ ਲੋਕਾਂ ਨੂੰ ਸਮਝਾ ਵੀ ਰਹੇ ਨੇ ਜਿਹੜੇ ਸਮਝਾ ਰਹੇ ਹੈਗੇ ਇਹ ਵੀ ਟੱਚ ਨਹੀਂ ਕਰਨਾ ਹੈਗਾ ਇਹ ਘਰੋਂ ਬਾਹਰ ਨਹੀਂ ਨਿਕਲਣਾ ਹੈ ਤੇ ਕੋਈ ਆਪਣਾ ਨਕਾਬ ਪਾ ਕੇ ਰੱਖਣਾ ਹੈ ਤੇ ਅਸੀਂ ਉਹਨਾਂ ਨੂੰ ਸਮਝਾ ਰਹੇ ਹੈਗੇ ਇਹਦੇ ਕਰੋਨਾ ਵਾਇਰਸ ਬਾਰੇ ਠੀਕ ਹੈ ਜੀ ਕਰੋਨਾ ਵਾਇਰਸ ਨਾਲ ਲੜਾਈ ਪੂਰੇ ਹਿੰਦੁਸਤਾਨ ਦੇ ਵਿੱਚ ਚੱਲੀ ਹੋਈ ਹੈ ਪਰ ਤੁਸੀਂ ਕਿਸ ਪ੍ਰਕਾਰ ਪ੍ਰੀਕੌਸ਼ਨਸ ਯੂਜ਼ ਕਰ ਰਹੇ ਹੋ ਕਿ ਲੋਕਾਂ ਨੂੰ ਜਾਗਰੂਤ ਵੀ ਕਰ ਰਹੇ ਹੋ ਤੇ ਤੁਸੀਂ ਆਪ ਕਿੱਦਾਂ ਬਚਾਅ ਕਰ ਰਹੇ ਹੋ ਅਸੀਂ ਆਪ ਬਚਾ ਕਰ ਰਹੇ ਅਸੀਂ ਆਪ ਵੀ ਨਿਕਾ ਪਾਇਆ ਆਪਣੇ ਕੋਲ ਹੈ ਇੰਟਾਇਰ ਰੱਖਿਆ ਜੀ ਪਾਣੀ ਨਾਲ ਹੱਤ ਹੋ ਰਹੇ ਅਸੀਂ ਉਹਨਾਂ ਨੂੰ ਵੀ ਦੱਸ ਰਹੇ ਹੈਗੇ ਜੀ ਜਿਹੜੇ ਆਂਦੇ ਹੈਗੇ ਉਹਨਾਂ ਨੂੰ ਵੀ ਦੱਸ ਰਹੇ ਵੇ ਟੱਚ ਨਹੀਂ ਕਰਨਾ ਆਪਣੇ ਬਾਰ ਬਾਰ ਪਾਣੀ ਨਾਲ ਹੱਤ ਹੋ ਜੀ ਆਪਣੇ ਘਰਾਂ ਚ ਰਹੋ ਜੀ ਬਾਹਰ ਨਹੀਂ ਜਾਣਾ ਜੀ ਬਾਹਰਲੇ ਬੰਦੇ ਨੂੰ ਅੰਦਰ ਨਹੀਂ ਆਣ ਦੇਣਾ ਜੀ ਤੇ ਆਪਣੇ ਸਿਹਤ ਵਿਭਾਗ ਸਿਹਤ ਵਿਭਾਗ ਵੱਲੋਂ ਵੀ ਕੁਝ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਤੁਹਾਨੂੰ ਸਿਹਤ ਵਿਭਾਗ ਵੱਲੋਂ ਇਹ ਦਿਸ਼ਾ ਨਿਰਦੇਸ਼ ਹੈ ਕਿ ਟੱਚ ਨਹੀਂ ਕਰਨਾ ਹੈਗਾ ਤੇ ਜਿਹੜੇ ਬਾਹਰੋਂ ਆਏ ਹੈਗੇ ਉਹਨਾਂ ਨੂੰ ਇਹ ਦੋ ਵੱਲ ਧਿਆਨ ਰੱਖਣਾ ਹੈਗਾ ਇਹ ਬਿਲਕੁਲ ਜਿਵੇਂ ਇਹ ਨਾਲ ਗੱਲ ਕੀਤੀ ਹੈ ਡਿਊਟੀ ਵੀ ਜ਼ਰੂਰੀ ਹੈ ਤੇ ਕਰੋਨਾ ਵਾਇਰਸ ਨਾਲ ਜੋ ਲੜਨਾ ਹੈ ਉਹ ਵੀ ਬਹੁਤ ਜ਼ਰੂਰੀ ਹੈ ਫਿਲਹਾਲ ਆਪਨੇ ਜੋ ਡਿਊਟੀਆਂ ਬੜੇ ਮੁਸਤਦੀ ਨਾਲ ਕਰ ਰਹੇ ਨੇ ਤੇ ਲੋਕਾਂ ਨੂੰ ਜਾਗਰੂਤ ਵੀ ਕਰ ਰਹੇ ਨੇ ਤੇ ਜੋ ਅਮਰਜੈਂਸੀ ਜਿਨ੍ਹਾਂ ਨੇ ਜਾਣਾ ਉਹਨਾਂ ਨੂੰ ਹੀ ਅਲਾਊ ਕੀਤਾ ਜਾ ਰਿਹਾ ਹੈ ਫਿਲਹਾਲ ਜੇ ਅਸੀਂ ਗੱਲ ਕਰੀਏ ਤਾਂ ਨੰਗਲ ਦੇ ਵਿੱਚ ਜੋ ਬੰਦ ਦਾ ਸਮਰਥਨ ਪੂਰਾ ਦੇਖਣ ਨੂੰ ਮਿਲ ਰਿਹਾ ਹੈ ਕੈਮਰਾ ਪਰਸਨ ਗੋਲਦੀ ਦਾ ਨਾ ਰਕੇਸ਼